ਏਵਨ ਪੰਜਾਬੀ ਤੇ ਏਵਨ ਨਿਊਜ਼ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਨੂਰਪੁਰ ਬੇਦੀ ਦੇ ਗੁਰਦੁਆਰਾ ਸਾਹਿਬ ਦੀ ਖਬਰ ਲੈਂਦੇ ਹਾਂ। ਦੋਸਤੋ, ਜਿੰਨੇ ਵੀ ਖਾਸ ਕਰਕੇ ਜਿਹੜੇ ਲੋਕ ਨਸ਼ਿਆਂ ਦੇ ਆਦੀ ਨੇ, ਜਦੋਂ ਉਹਨਾਂ ਨੂੰ ਘਰੋਂ ਪੈਸੇ ਨਹੀਂ ਮਿਲਦੇ, ਉਹ ਚੋਰੀ ਕਰਨੀ ਸ਼ੁਰੂ ਕਰ ਦਿੰਦੇ ਆ। ਜਦੋਂ ਉਹ ਚੋਰੀ ਵਿੱਚ ਪਕੜੇ ਜਾਂਦੇ ਨੇ, ਕਿਉਂਕਿ ਉਹਨਾਂ ਨੇ ਆਪਣਾ ਨਸ਼ਾ ਪੂਰਾ ਕਰਨਾ ਹੁੰਦਾ ਹੈ, ਇਹਨਾਂ ਨਸ਼ੇੜੀਆਂ ਨੇ ਨਾ ਘਰਾਂ ਨੂੰ ਬਖਸ਼ਿਆ, ਨਾ ਗਲੀ ਮੁਹੱਲੇ ਨੂੰ ਬਖਸ਼ਿਆ, ਔਰ ਨਾ ਹੀ ਗੁਰਦੁਆਰਾ ਸਾਹਿਬ ਨੂੰ ਬਖਸ਼ਿਆ। ਦਰਅਸਲ ਨੂਰਪੁਰ ਬੇਦੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਰਾਤ ਨੂੰ ਹੋਈ ਹੈ ਚੋਰੀ, ਔਰ ਪੂਰੀ ਚੋਰੀ ਦੀ ਜਿਹੜੀ ਘਟਨਾ ਹੈ ਉਹ CCTV ਦੇ ਵਿੱਚ ਕੈਦ ਹੋ ਚੁੱਕੀ ਹੈ। ਜਦੋਂ ਪਤਵੰਤੇ ਸੱਜਣ ਸਵੇਰੇ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਨ ਆਏ ਤਾਂ ਉਹਨਾਂ ਨੇ ਦੇਖਿਆ ਕਿ ਗੁਰਦੁਆਰਾ ਸਾਹਿਬ ਦੇ ਵਿੱਚੋਂ ਗੋਲਕ ਗਾਇਬ ਹੈ, ਔਰ ਉਹਨਾਂ ਨੇ ਕੁਛ ਹੋਰ ਪਿੰਡ ਦੇ ਮੋਹਤਬਾਰ ਲੋਕਾਂ ਨੂੰ ਸੂਚਿਤ ਕੀਤਾ, ਔਰ ਪੁਲਿਸ ਨੇ CCTV ਦੀ ਫੁਟੇਜ ਦੇ ਆਧਾਰ 'ਤੇ ਜਿਹੜਾ ਮਾਮਲਾ ਉਹ ਦਰਜ ਕਰ ਲਿਆ। ਪਤਵੰਤੇ ਸੱਜਣਾ ਨੇ ਕੀ ਕਿਹਾ ਔਰ ਪੁਲਿਸ ਆਫਿਸਰ ਨੇ ਕੀ ਕਿਹਾ, ਸੁਣੋ ਤੁਸੀਂ। ਅੱਜ ਅਸੀਂ ਸਵੇਰੇ 4:30 ਵਜੇ ਗੁਰਦੁਆਰਾ ਸਾਹਿਬ ਸੇਵਾ ਕਰਨ ਲਈ ਆਏ ਸੀ। ਜਦੋਂ ਅਸੀਂ ਆ ਕੇ ਦੇਖਿਆ ਤਾਂ ਦਰਵਾਜ਼ੇ ਦਾ ਜਿੰਦਰਾ ਟੁੱਟਿਆ ਹੋਇਆ ਸੀ। ਜਦੋਂ ਅਸੀਂ ਅੰਦਰ ਆਏ ਤਾਂ ਗੋਲਕ ਵੀ ਚੋਰੀ ਹੋਈ ਸੀ। ਜਦੋਂ ਅਸੀਂ ਇਹ ਗੱਲ ਸਾਰੀ ਦੇਖੀ ਤਾਂ ਪਿੰਡ ਵਾਲੇ ਨੂੰ ਬੁਲਾ ਕੇ ਦੱਸਿਆ, CCTV ਕੈਮਰੇ ਵਿੱਚ 2 ਚੋਰ ਗੋਲਕ ਚੱਕ ਕੇ ਜਾਂਦੇ ਹੋਏ ਨਜ਼ਰ ਆ ਰਹੇ ਸਨ। ਇਸ ਤੋਂ ਬਾਅਦ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ, ਉਹਨਾਂ ਵੱਲੋਂ ਆਉਣ ਦਾ ਭਰੋਸਾ ਦਿੱਤਾ ਗਿਆ। ਅਜੇ ਤੱਕ ਪੁਲਿਸ ਪ੍ਰਸ਼ਾਸਨ ਕੋਈ ਨਹੀਂ ਪਹੁੰਚਿਆ। ਸਵੇਰ ਨੂੰ ਮਨਜੀਤ ਸਿੰਘ ਸਰਪੰਚ ਨੇ ਮੋਢਾ ਵਾਲੇ ਨੇ ਸੂਚਿਤ ਕੀਤਾ ਉਹਨੂੰ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਗੋਲਕ ਚੋਰੀ ਹੋਈ ਅਤੇ ਅਸੀਂ ਮੌਕਾ ਦੇਖ ਲਿਆ ਗਏ ਅਤੇ CCTV ਕੈਮਰੇ ਵਿੱਚ ਵੀ ਦੇਖ ਲਏ ਅਤੇ ਉਹ ਤੋਂ ਬਾਅਦ ਜਲਦੀ ਤੋਂ ਜਲਦੀ ਦੋਸ਼ੀ ਗ੍ਰਿਫਤਾਰ। ਬਿਲਕੁਲ ਜੀ, ਨਸ਼ਿਆਂ ਨੂੰ ਪੂਰਾ ਕਰਨ ਵਾਸਤੇ ਲੋਕ ਕੁਝ ਵੀ ਕਰ ਸਕਦੇ ਆ। ਖੈਰ, ਕਦੋਂ ਤੱਕ ਪਤਾ ਲੱਗ ਜਾਏਗਾ, ਪਿੰਡ ਦੇ ਵਿੱਚ ਵਿਚਰਦੇ ਹੋਣਗੇ, ਇੱਕ ਦੂਜੇ ਦੀ ਤੌਰ ਤੋਂ ਵਾਕਿਫ ਹੋਣਗੇ, ਜ਼ਰੂਰਤਾਂ ਤੋਂ ਵਾਕਿਫ ਹੋਣਗੇ। ਬਿਲਕੁਲ ਜੀ, ਪੁਲਿਸ ਇਨਵੈਸਟੀਗੇਟ ਕਰੇਗੀ, ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਅਸਲ ਵਿੱਚ CCTV ਦੀ ਫੁਟੇਜ ਦੇ ਵਿੱਚ ਜੋ ਸ਼ਖਸ ਸਾਨੂੰ ਦਿਖਾਈ ਦੇ ਰਿਹਾ ਆਖਰ ਉਹ ਕੌਣ ਹੈ। ਫਾਰ ਆਲ ਅਪਡੇਟਡ ਨਿਊਜ਼ please subscribe AVA News and click the bell icon.